ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਥਾ ਡੀਪੀਐਸਟ ਐਗਜ਼ਾਮ ਦੀ ਤਿਆਰੀ ਬਹੁਤ ਵਧੀਆ ਚੱਲਦੀ ਪਈ ਹੋਏਗੀ ਅੱਜ ਹੈ 15 ਅਪ੍ਰੈਲ ਤੇ ਗੱਲ ਕਰਾਂਗੇ ਆਪਾਂ ਅੱਜ ਦੇ ਡਿਲੀ ਟਾਸਕ ਬਾਰੇ ਮੈਨੂੰ ਉਮੀਦ ਹੈ ਕਿ ਤੁਸੀਂ ਡਿਲੀ ਟਾਸਕ ਦੇ ਅਕੋਰਡਿੰਗ ਆਪਣੀ ਤਿਆਰੀ ਕਰ ਰਹੇ ਹੋਵੋਗੇ ਤੇ ਜੋ ਵੀ ਗੱਲਾਂ ਦੱਸੀਆਂ ਨੇ ਉਹਨਾਂ ਨੂੰ ਫੋਲੋ ਕਰ ਰਹੇ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੇ ਇਸ ਟਾਸਕ ਦੇ ਵਿੱਚ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਸੀਡੀਪੀ ਦੀ ਕੱਲ ਮੈਂ ਤੁਹਾਨੂੰ ਇਹਨਾਂ ਵੀਡੀਓਜ਼ ਦੀ ਗੱਲ ਕੀਤੀ ਸੀ ਡਿਸਆਰਡਰ ਲਰਨਿੰਗ ਤੇ ਮੈਮਰੀ ਨੂੰ ਕਰਨਾ ਸੀ ਤੇ ਆਈ ਹੋਪ ਤੁਸੀਂ ਕੀਤਾ ਹੋਊਗਾ ਅੱਜ ਤੁਸੀਂ ਆਹ ਚਾਰ ਵੀਡੀਓਜ਼ ਕਰ ਲਈਆਂ ਨੇ ਪਰ ਬ੍ਰੌਨਫ੍ਰੀਨ ਬੈਨਰਦੀ ਇਕੋਲੋਜੀਕਲ ਥਿਉਰੀ ਤੇ ਮੋਟੀਵੇਸ਼ਨਲ ਫਿਰ ਗ੍ਰੋਥ ਐਂਡ ਡਿਵੈਲਪਮੈਂਟ ਆਹ ਚਾਰ ਵੀਡੀਓਜ਼ ਨੇ ਦੇਖੋ ਅੱਧੇ ਪੁਣੇ ਘੰਟੇ ਦਾ ਕੰਮ ਅਸਾਈਆਂ ਤੇ ਇਹਦੇ ਚ ਸੌਖੇ ਚੈਪਟਰਸ ਵੀ ਨੇ ਪਰਸਨੈਲਿਟੀ ਟਾਈਪ ਹੋ ਗਿਆ ਜਿਵੇਂ ਮੋਟੀਵੇਸ਼ਨ ਹੋ ਗਿਆ ਤਾਂ ਤੁਹਾਡੇ ਇਜ਼ੀਲੀ ਕਵਰ ਹੋ ਜਾਣਗੇ ਇਹ ਇਹਨਾਂ ਵੀਡੀਓ ਨੂੰ ਦੇਖ ਕੇ ਤੁਹਾਨੂੰ ਇਹ ਗੱਲਾਂ ਸਾਰੀਆਂ ਨੇ ਸਮਝ ਲੱਗ ਜਾਣਗੀਆਂ ਚੰਗੀ ਤਰ੍ਹਾਂ ਤੇ ਪੁਣੇ ਘੰਟੇ ਦੇ ਸੀਡੀਪੀ ਅੱਜ ਦੀ ਤੁਹਾਡੀ ਕਵਰ ਹੋ ਚੁਗੀ ਅੱਜ ਤੁਸੀਂ ਪਿਛਲੀ ਜਿਹੜੀ ਵੀਡੀਓਜ਼ ਨੂੰ ਫੋਲੋ ਨਹੀਂ ਕਰੋਗੇ ਜਾਂ ਰਿਪੀਟ ਨਹੀਂ ਕਰੋਗੇ ਅੱਜ ਸਿਰਫ ਆਹ ਚਾਰ ਵੀਡੀਓਜ਼ ਕਰਾਂਗੇ ਆਪਾਂ ਕਿਉਂਕਿ ਅੱਜ ਦਾ ਟਾਈਮ ਜਿਹੜਾ ਹੈ ਬਾਕੀ ਸਬਜੈਕਟ ਨੂੰ ਜ਼ਿਆਦਾ ਦੇਵਾਂਗੇ ਆਪਾਂ ਗੱਲ ਕਰ ਲੈਨੇ ਆ ਜੀ ਇੰਗਲਿਸ਼ ਦੀ ਇੰਗਲਿਸ਼ ਦੇ ਵਿੱਚ ਤੁਸੀਂ ਦੋ ਟਾਪਿਕ ਨਵੇਂ ਕਰਨੇ ਨੇ ਸਬਜੈਕਟ ਵਰਬ ਐਗਰੀਮੈਂਟ ਤੇ ਪ੍ਰੈਪੋਜੀਸ਼ਨ ਤੇ ਇਸ ਤੋਂ ਪਹਿਲਾਂ ਜਿੰਨੇ ਵੀ ਟਾਪਿਕ ਕੀਤੇ ਸੀ ਇਹਨਾਂ ਨੂੰ ਤੁਸੀਂ ਫਾਸਟ ਮੋਡ ਦੇ ਵਿੱਚ ਰਿਪੀਟ ਕਰ ਲਓਗੇ ਇੱਕ ਵਾਰੀ ਰਿਵੀਜ਼ਨ ਕਰ ਲਓਗੇ ਹੁਣ ਤੁਸੀਂ ਧਿਆਨ ਦਿਓ ਇੰਗਲਿਸ਼ ਦੇ ਵਿੱਚ ਮੈਂ ਨਾ ਇੱਕ ਟਾਪਿਕ ਔਖਾ ਤੇ ਇੱਕ ਟਾਪਿਕ ਸੌਖਾ ਦੱਸਦਾ ਹਾਂ ਨਾ ਤਾਂ ਜੋ ਤੁਹਾਨੂੰ ਕਰਨ ਦੇ ਵਿੱਚ ਸੌਖਾ ਸੌਖਾ ਰਹੇ ਜੇ ਤੁਸੀਂ ਗ੍ਰਾਮਰ ਦੇ ਵਿੱਚ ਵੀਕ ਹੋ ਤਾਂ ਤਾਂ ਤੁਸੀਂ ਆਹ ਦੋ ਟੋਪਿਕ ਕਰਨੇ ਨੇ ਅੱਜ ਦੇ ਤੇ ਪਿਛਲੇ ਟੋਪਿਕ ਜਿਹੜੇ ਨੇ ਰਿਪੀਟ ਕਰਨੇ ਨੇ ਫਿਰ ਗੱਲ ਕਰ ਲਈ ਆਪਾਂ ਪੈਰਾਗ੍ਰਾਫ ਦੀ ਪੈਰਾਗ੍ਰਾਫ ਦੇ ਵਿੱਚ ਤੁਸੀਂ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਪੜ੍ਹਨ ਦੇ ਵਿੱਚ ਤਾਂ ਤੁਸੀਂ ਪ੍ਰੈਕਟਿਸ ਰੀਡਿੰਗ ਕਰ ਸਕਦੇ ਹੋ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਦੇ ਵਿੱਚੋਂ ਤੇ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ ਹਾਈ ਐਮਜ਼ ਅਕੈਡਮੀ ਦਾ ਜਿਹੜਾ ਟੈਲੀਗ੍ਰam ਗਰੁੱਪ ਹੈ ਉਹਨੂੰ ਜਾ ਕੇ ਜੁਆਇਨ ਕਰ ਲਿਓ ਤੁਹਾਨੂੰ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਕਿਉਂਕਿ ਜਿੰਨਾ ਵੀ ਸਟੱਡੀ ਮਟੀਰੀਅਲ ਹੋਊਗਾ ਮੈਂ ਇਸ ਗਰੁੱਪ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਜਿਵੇਂ ਕਿ ਆਹ ਹੁਣ 9th ਕਲਾਸ ਦੀ ਬੁੱਕ ਆ ਜਿਹੜੀ ਜੇ ਤੁਹਾਨੂੰ ਨੈਟ ਦੇ ਵਿੱਚ ਨਹੀਂ ਲੱਭਦੀ ਪਈ ਤਾਂ ਤੁਹਾਨੂੰ ਇਸ ਗਰੁੱਪ ਦੇ ਵਿੱਚ ਜਿਹੜੀ ਆ ਮਿਲ ਜੂਗੀ ਤੈਨੂੰ ਜਾ ਕੇ ਜੁਆਇਨ ਜ਼ਰੂਰ ਕਰ ਲਿਓ ਫਿਰ ਅੱਗੇ ਗੱਲ ਕਰ ਲਈ ਆਪਾਂ ਪੰਜਾਬੀ ਦੀ ਪੰਜਾਬੀ ਦੇ ਤੁਸੀਂ ਦੋ ਟੌਪਿਕ ਨਵੇਂ ਕਰਨੇ ਨੇ ਕਾਰਕ ਤੇ ਸਮਾਸੀ ਸ਼ਬਦ ਤੇ ਪਿਛਲੇ ਜਿੰਨੇ ਵੀ ਟੌਪਿਕ ਹੋਣ ਤੱਕ ਅਪਾਂ ਕਰ ਚੁੱਕੇ ਆ ਉਹਨਾਂ ਨੂੰ ਤੁਸੀਂ ਰਿਪੀਟ ਕਰ ਲੈਣਾ ਜਿੰਨੀ ਤੁਸੀਂ ਰਿਵੀਜ਼ਨ ਆਪਦੀ ਕਰੋਗੇ ਉਹਨੇ ਉਹ ਟੌਪਿਕ ਜਿਹੜੇ ਤੁਹਾਡੇ ਸਟਰੋਂਗ ਹੋ ਜਾਣਗੇ ਫਿਰ ਤੁਹਾਨੂੰ ਪੇਪਰ ਦੇ ਵਿੱਚ ਕੋਈ ਦਿੱਕਤ ਹੁਣ ਪੰਜਾਬੀ ਬਾਰੇ ਜੇ ਤੁਹਾਨੂੰ ਕੰਪਰੀਹੈਂਸ਼ਨ ਪੜਨ ਦੇ ਵਿੱਚ ਦਿੱਕਤ ਹੈ ਤਾਂ ਤੁਸੀਂ ਉਹੀ ਚੀਜ਼ ਫੋਲੋ ਕਰ ਸਕਦੇ ਹੋ ਪੈਰਾਗ੍ਰਾਫ ਪੜ ਸਕਦੇ ਹੋ ਪੰਜਾਬੀ ਦੇ ਵੱਧ ਤੋਂ ਵੱਧ ਜਾਂ ਚੈਪਟਰਸ ਰੀਡ ਕਰ ਸਕਦੇ ਹੋ ਅੱਗੇ ਗੱਲ ਕਰ ਲਈ ਆਪਾਂ ਸਾਇੰਸ ਦੀ ਸਾਇੰਸ ਤੇ ਹੁਣ ਤੱਕ ਅਪਾ ਸਾਰੇ ਚੈਪਟਰ ਕਰ ਚੁੱਕੇ ਆ ਤੇ ਇਸ ਤੋਂ ਬਾਅਦ ਹੁਣ ਆਹ ਤਿੰਨ ਵੀਡੀਓ ਕਰਾਂਗੇ ਆਪਾਂ ਜਿਹਦੇ ਵਿੱਚ 7th ਕਲਾਸ ਦੇ ਜਿਹੜੇ 12 ਤੋਂ ਲੈ ਕੇ 15 ਚੈਪਟਰ 16 ਤੋਂ ਲੈ ਕੇ 18 ਚੈਪਟਰ ਤੇ 8ਵੀਂ ਕਲਾਸ ਦੇ ਪਹਿਲੇ ਤਿੰਨ ਚੈਪਟਰ ਚੰਗੀ ਤਰ੍ਹਾਂ ਕਰਾਂਗੇ ਆਪਾਂ ਕਵਰ 8 ਵੀਡੀਓਸ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਣਗੀਆਂ ਇਸ ਚੈਨਲ ਦੀ ਬਾਕੀ ਜੇ ਤੁਸੀਂ ਆਪਦਾ ਖੁਦ ਪੜਨਾ ਚਾਹੋ ਬੁੱਕ ਤੋਂ ਤਾਂ ਪੜ ਸਕਦੇ ਹੋ ਪਰ ਇਹ ਅੱਜ ਤੁਸੀਂ ਆਪ ਇੰਨੇ ਚੈਪਟਰ ਕਰਨੇ ਹੀ ਕਰਨੇ ਆ ਕਿਸੇ ਵੀ ਤਰੀਕੇ ਨਾਲ ਪਿਛਲੇ ਚੈਪਟਰ ਹਜੇ ਤੱਕ ਪਰ ਰਿਪੀਟ ਨਹੀਂ ਕਰ ਰਹੇ ਤੇ ਅੱਜ ਵੀ ਨਹੀਂ ਕਰਾਂਗੇ ਫਿਲਹਾਲ ਆਪਾਂ ਜੇ ਬਿਲਕੁਲ ਨਵੇਂ ਤਰੀਕੇ ਦੇ ਤਿਆਰੀ ਕਰ ਰਹੇ ਹੋ ਤੁਸੀਂ NCERT ਤੋਂ ਤਾਂ ਆਹ ਸਾਰੇ ਚੈਪਟਰ ਕਰ ਲਾਂਗੇ ਆਪਾਂ ਤੇ 8th ਕਲਾਸ ਦੀ ਬੁੱਕ ਆ ਜਿਹੜੀ ਆ ਸ਼ੁਰੂ ਕਰ ਲਾਂਗੇ ਅੱਗੇ ਗੱਲ ਕਰੀ ਆਪਾਂ ਮੈਥ ਦੀ ਮੈਥ ਦੇ ਹੁਣ ਤੱਕ ਤੁਸੀਂ ਆਵਰੇ ਟੌਪਿਕ ਕਰ ਚੁੱਕੇ ਹੋ ਤੁਸੀਂ ਆਹ ਵਾਲੇ ਦੋ ਟੌਪਿਕ ਕਰਨੇ ਨੇ ਅੱਜ types of angle triangle and line symmetry फिर edges and ratio ਇਹਦੇ ਵਿੱਚ ਮੈਂ ਤੁਹਾਨੂੰ ਪੇਪਰ ਦੇ ਵਿੱਚ ਜਿਸ ਟਾਈਪ ਦਾ ਕੁਐਸਚਨ ਆਉਂਦਾ ਉਸ ਤਰੀਕੇ ਨਾਲ ਸਮਝਾਇਆ ਹੋਇਆ ਬੇਸਿਕ ਤੋਂ ਕੱਲੀ-ਕੱਲੀ ਚੀਜ਼ ਡਿਟੇਲ ਦੇ ਵਿੱਚ ਸਮਝਾਈ ਹੋਈ ਹੈ ਤੁਹਾਨੂੰ इजीली 8 ਮਿੰਟ ਦੇ ਵਿੱਚ ਸਮਝ ਲੱਗ ਜੂਗੀ ਅੱਗੇ ਗੱਲ ਕਰ ਲਈਏ ਜੀ ਐਸਐਸਟੀ ਵਾਲੇ ਸਟੂਡੈਂਟ ਵਾਸਤੇ ਐਸਐਸਟੀ ਵਾਲੇ ਸਟੂਡੈਂਟ ਲਈ ਆਪਾਂ ਇੱਕ ਬੁੱਕ ਕਵਰ ਕਰ ਚੁੱਕੇ ਹਾਂ 6th ਕਲਾਸ ਦੀ ਆਈ ਹੋਪ ਤੁਸੀਂ ਕਰ ਲਈ ਹੋਗੀ ਕੰਪਲੀਟ ਅੱਜ ਆਪਾਂ ਸ਼ੁਰੂ ਕਰਾਂਗੇ 7th ਕਲਾਸ ਦੀ ਬੁੱਕ ਐਸਐਸਟੀ ਦੀ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਪਹਿਲੇ 6 ਚੈਪਟਰ ਦਾ ਕਰਨੀ ਕਰਨੇ ਆ ਨਾਲ ਇਥੋਂ ਚਾਰ ਚੈਪਟਰ ਕਰਨੇ ਆ 7 ਤੋਂ ਲੈ ਕੇ 10 ਦਿੱਲੀ ਸਲਤਨਤ ਤੱਕ ਕਰ। ਵਾਤਾਵਰਣ ਤੋਂ ਲੈ ਕੇ ਦਿੱਲੀ ਸਲਤਨਤ ਤੱਕ ਆਪਾਂ ਚੈਪਟਰ ਜਿਹੜੇ ਨੇ ਅੱਜ ਕਰ ਲੈਣੇ ਨੇ 7th ਕਲਾਸ ਦੇ ਵਿੱਚ ਬੁੱਕ ਦੇ ਵਿੱਚੋਂ ਹੁਣ ਜੇ ਤੁਹਾਨੂੰ 7th ਕਲਾਸ ਦੀ ਬੁੱਕ ਨਹੀਂ ਲੱਭੀ ਹਜੇ ਤੱਕ ਜਾਂ ਨਹੀਂ ਲੱਭਦੀ ਤਾਂ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਜੁਆਇਨ ਹੋ ਜਾਓ। ਟੈਲੀਗ੍ਰam ਗਰੁੱਪ ਦੇ ਵਿੱਚ ਤੁਹਾਨੂੰ ਇਹ ਬੁੱਕ ਜਿਹੜੀ ਆ ਮਿਲ ਚੁਗੀ। ਟੈਲੀਗ੍ਰam ਗਰੁੱਪ ਦੇ ਵਿੱਚ ਜਾ ਕੇ ਫਾਈਲ ਸੈਕਸ਼ਨ ਦੇ ਵਿੱਚ ਤੁਹਾਨੂੰ ਇਜ਼ੀਲੀ ਮਿਲ ਚੁਗੀ ਜਾਂ ਚੈਟ ਦੇ ਵਿੱਚ ਇਜ਼ੀਲੀ ਮਿਲ ਚੁਗੀ ਤੁਹਾਨੂੰ। ਤੁਸੀਂ ਜਾ ਕੇ ਉਹ ਜੁਆਇਨ ਜ਼ਰੂਰ ਕਰ ਲਿਓ। ਬਾਕੀ ਮੈਂ 9th ਕਲਾਸ ਦੀ ਆ ਜਿਹੜੀ ਇੰਗਲਿਸ਼ ਦੀ ਬੁੱਕ ਆ ਤਾਂ ਤੁਸੀਂ ਟੈਲੀਗ੍ਰam ਚੈਨਲ ਨੂੰ ਜੁੜਾਏ ਜੁਆਇਨ ਕਰ ਸਕਦੇ ਹੋ ਤਾਂ ਇਹ ਤੁਸੀਂ ਚੈਪਟਰ ਕਰ ਲੈਣੇ ਨੇ 10 ਦਿੱਲੀ ਸਲਸਿਲਾ ਤੱਕ ਕਰ ਤੇ ਇਸ ਤੋਂ ਪਹਿਲਾਂ ਜਿੰਨੇ ਵੀ 6th ਕਲਾਸ ਦੀ ਬੁੱਕ ਤੁਸੀਂ ਪੜ੍ਹੇ ਆ ਹੁਣ ਤicker ਕੋਸ਼ਿਸ਼ ਚੈਪਟਰ ਹੋ ਸਕਦਾ ਤੁਹਾਨੂੰ ਔਖੇ ਲੱਗਿਆ ਹੋਣ ਖਾਸ ਕਰਕੇ ਜੀ ਗੱਲ ਕਰ ਲਈ ਹਿਸਟਰੀ ਦੀ ਤੇ ਜਿਹੜੀਆਂ ਇਸ਼ਵੀਆਂ ਤੁਹਾਨੂੰ ਔਖੇ ਲੱਗਦੇ ਨੇ ਉਹਨਾਂ ਨੂੰ ਤੁਸੀਂ ਸਾਈਡ ਤੇ ਲਿਖ ਲਿਓ ਉਹਨਾਂ ਨੂੰ ਆਪਾਂ ਰਿਵੀਜ਼ਨ ਕਰਨੀਆਂ ਬਾਰ-ਬਾਰ ਜੋ ਤicker ਪੇਪਰ ਨਹੀਂ ਹੁੰਦਾ ਤਾਂ ਇਹ ਕੰਮ ਆ ਜੀ ਤੁਹਾਡਾ ਪਿਛਲੇ ਵਾਲੇ ਵਿੱਚੋਂ ਜਿਹੜੇ ਚੈਪਟਰ ਔਖੇ ਲੱਗਦੇ ਨੇ ਉਹਨਾਂ ਨੂੰ ਰੀਡ ਕਰਨਾ ਤੇ ਆ ਨਵੇਂ 1 ਬੁੱਕ ਦੇ ਵਿੱਚੋਂ 7th ਕਲਾਸ ਦੀ ਤਾਂ ਇਹ ਸੀਗਾ ਜੀ ਆਦਾ ਡੇਲੀ ਟਾਸਕ ਆਈ ਹੋਪ ਤੁਸੀਂ ਇਸ ਨੂੰ ਫੋਲੋ ਕਰ ਰਹੇ ਹੋਵੋਗੇ ਜੇ ਤੁਸੀਂ ਇਹਨੂੰ ਫੋਲੋ ਕਰ ਰਹੇ ਹੋ ਤੁਹਾਨੂੰ ਪੇਪਰ ਦੇ ਵਿੱਚ ਤੁਹਾਨੂੰ ਕਾਫੀ ਫਾਇਦਾ ਹੋਣ ਵਾਲਾ ਕਿਉਂਕਿ ਤੁਹਾਡੀ ਰਿਵੀਜ਼ਨ ਜਿਹੜੀ ਇੱਕ ਪ੍ਰੋਪਰ ਵੇ ਨਾਲ ਹੋ ਰਹੀ ਹੈ ਸਾਰੇ ਸਬਜੈਕਟਾਂ ਦੀ ਤਾਂ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਨਾਲ ਟਿਲ ਥੈਨ ਸਟੇ ਸੇਫ ਐਂਡ ਫਾਈਨਲੀ ਥੈਂਕਸ ਫॉर ਵਾਚਿੰਗ